ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਹੈ ਤੁਹਾਡਾ ਅੱਜ ਦੇ ਨਵੇਂ ਵੀਡੀਓ ਦੇ ਵਿੱਚ। ਅਤੇ ਜਿੱਦਾਂ ਕਿ ਅਸੀਂ ਤੁਹਾਨੂੰ ਕਿਹਾ ਸੀਗਾ, ਮਲਟੀਕੁਇਜ਼ ਵੈਬਸਾਈਟ 'ਤੇ ਹੁਣ ਪੇਮੈਂਟਸ ਕਰਨਾ ਪੋਸੀਬਲ ਹੋ ਗਿਆ ਔਨਲਾਈਨ ਵੀ। ਸੋ ਅਸੀਂ ਇਸ ਵੀਡੀਓ ਦੇ ਵਿੱਚ, ਇਸ ਟਿਊਟੋਰੀਅਲ ਦੇ ਵਿੱਚ ਕੋਸ਼ਿਸ਼ ਕਰਾਂਗੇ ਤੁਹਾਨੂੰ ਸਮਝਾਉਣ ਦੀ ਕਿ ਔਨਲਾਈਨ ਪੇਮੈਂਟ ਜੇ ਤੁਸੀਂ ਕਰਨੀ ਹੈ ਮਲਟੀਕੁਇਜ਼ ਖਰੀਦਣ ਵਾਸਤੇ, ਉਹ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ। ਸੋ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ, ਇਹ ਸਾਡਾ ਵੈਬਸਾਈਟ ਹੈ multiquiz.com, ਔਰ ਇਹ ਹੋਮ ਪੇਜ ਹੈ। ਅਤੇ ਇਹਦੇ ਉੱਪਰ ਰਜਿਸਟ੍ਰੇਸ਼ਨ ਕਰਨ ਦੇ ਵਾਸਤੇ ਤੁਸੀਂ ਜਾਣਾ ਹੈਗਾ ਹੈ, ਜਿਹੜਾ ਤਾਸ ਤੋਂ ਰਜਿਸਤਰਾ ਲਿਖਿਆ ਹੈ, ਰਜਿਸਤਰਾ ਦੀ। ਜੇ ਤੁਸੀਂ ਟਰਾਈ ਕਰਨਾ ਹੈਗਾ ਤਾਂ ਪ੍ਰੋਵਾ 'ਤੇ ਜਾ ਸਕਦੇ ਹੈਗੇ, ਜੇ ਤੁਸੀਂ ਆਲਰੇਡੀ ਰਜਿਸਟਰ ਕੀਤਾ ਹੋਇਆ ਤਾਂ ਲੌਗਇਨ 'ਤੇ ਜਾਣਾ ਹੈਗਾ। ਪਰ ਇਸ ਕੇਸ ਦੇ ਵਿੱਚ ਜੇ ਤੁਸੀਂ ਫਸਟ ਟਾਈਮ ਰਜਿਸਟ੍ਰੇਸ਼ਨ ਕਰਨੀ ਹੈਗੀ ਤਾਂ ਇਸ ਬਟਨ ਦੇ ਉੱਪਰ ਕਲਿੱਕ ਕਰਨਾ ਹੈ। ਰਜਿਸਟਰਾ ਤੇ ਤੋਂ ਕਲਿੱਕ ਕਰਨ ਤੋਂ ਬਾਅਦ ਆਹ ਵਾਲਾ ਪੇਜ ਸ਼ੋ ਹੋ ਜਾਏਗਾ, ਜਿੱਥੇ ਤੁਸੀਂ ਦੇਖ ਸਕਦੇ ਹੈਗੇ ਇੱਕ ਫੋਰਮ ਆ, ਜਿੱਥੇ ਤੁਸੀਂ ਆਪਣਾ ਨੋਮੇ ਕੋਨਿਓਮੇ ਕੋਦੇ 'ਚ ਫਿਸਕਾਲੇ ਪਾਸਵਰਡ ਪਾਸਵਰਡ ਤੁਸੀਂ ਕੋਈ ਵੀ ਫਿਲ ਕਰ ਸਕਦੇ ਹੈਗੇ ਆ, ਤੁਹਾਡੀ ਆਪਦੀ ਮਰਜ਼ੀ ਹੈ। ਈਮੇਲ ਐਡਰੈਸ ਐਡਰੈਸ ਹੋਣਾ ਚਾਹੀਦਾ ਕੋਪਲੇ ਤੋਂ, ਕੁਇੰਦੀ ਵੀਆ ਦੇ ਨਾਲ, ਨੂਮੇਰੋ ਦੇ ਨਾਲ, ਜਿੱਦਾ ਪ੍ਰੋਵਿੰਜਾ ਔਰ ਪਾਏਜ਼ੇ ਔਰ ਕੱਪ। ਥੱਲੇ ਤੁਸੀਂ ਆਪਣੀ ਲੈਂਗੁਏਜ ਚੂਜ ਕਰ ਸਕਦੇ ਹੈਗੇ ਆ, ਪੰਜਾਬੀ, ਹਿੰਦੀ, ਇੰਗਲਿਸ਼ ਜਾਂ ਉਰਦੂ। ਅਤੇ ਇਸ ਤੋਂ ਬਾਅਦ ਤੁਸੀਂ ਆ ਚੈਕੂ 'ਤੇ ਕਲਿੱਕ ਕਰਨਾ ਹੈਗਾ, ਜਿਹੜਾ ਇਹ ਫੋਰਮ ਹੈ, ਠੀਕ ਹੈ। ਜਦੋਂ ਤੁਸੀਂ ਡਾਇਰੈਕਟਲੀ ਰਜਿਸਟਰਾ ਤੋਂ ਬਾਅਦ ਜਾਂਦੇ ਹੈਗੇ ਆ, ਇਹ ਨੋਰਮਲ ਪ੍ਰੋਸੈਸ ਵਾਸਤੇ ਆ, ਜਿੱਦਾਂ ਕਿ ਤੁਸੀਂ ਰਜਿਸਟ੍ਰੇਸ਼ਨ ਕੀਤੀ ਆ ਔਰ ਪੇਮੈਂਟ ਸਾਡੇ ਪੋਸਟ ਪੇ ਕਾਰਡ ਦੇ ਉੱਪਰ ਕਰਨਾ ਚਾਹੁੰਦੇ ਹਾਂ। ਸੋ ਇਹ ਨੋਰਮਲ ਤਰੀਕਾ ਹੈ, ਜਿੱਦਾਂ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ। ਇੱਥੇ ਕਲਿੱਕ ਕਰੋ ਔਰ ਤੁਹਾਡੇ ਈਮੇਲ ਦੇ ਵਿੱਚ ਸਾਡਾ ਪੋਸਟ ਪੇ ਕਾਰਡ ਦਾ ਨੰਬਰ ਆ ਜਾਏਗਾ, ਔਰ ਤੁਸੀਂ ਪੋਸਟ ਆਫਿਸ ਜਾ ਕੇ ਪੇਮੈਂਟ ਕਰ ਸਕਦੇ ਹੈਗੇ ਆ। ਜੇ ਤੁਸੀਂ ਔਨਲਾਈਨ ਫੀਸ ਤਾਰਨਾ ਚਾਹੁੰਦੇ ਹੋ, ਤੁਹਾਨੂੰ ਕਲਿੱਕ ਕਰਨਾ ਪੈਣਾ ਹੈਗਾ ਉੱਪਰ ਜਿੱਥੇ ਤੁਸੀਂ ਲਿਖੇ ਦੇਖ ਰਹੇ ਹੈਗੇ ਆ, ਫੋਰ ਔਨਲਾਈਨ ਪੇਮੈਂਟ ਪਲੀਜ਼ ਕਲਿੱਕ ਹੇਅਰ। ਸੋ ਤੁਹਾਨੂੰ ਇੱਥੇ ਕਲਿੱਕ ਕਰਨਾ ਪੈਣਾ ਹੈ ਜੇ ਤੁਹਾਡੇ ਕੋਲ ਕੋਈ ਪੈਪਾਲ ਦਾ ਅਕਾਊਂਟ ਹੈ ਜਾਂ ਤੁਹਾਡੇ ਕੋਲ ਕੋਈ ਵੀ ਕ੍ਰੈਡਿਟ ਕਾਰਡ ਆ। ਇਸ ਪੇਜ ਨੂੰ ਇਸ ਬਟਨ ਤੋਂ ਕਲਿੱਕ ਕਰਨ ਤੋਂ ਬਾਅਦ ਦੂਸਰਾ ਪੇਜ ਸ਼ੋ ਹੋ ਜਾਏਗਾ, ਜਿਹੜਾ ਬਿਲਕੁਲ ਸੇਮ ਹੈ, ਪਰ ਇਸ ਕੇਸ ਦੇ ਉੱਪਰ ਫੋਰਮ ਦੇ ਉੱਪਰ ਲਿਖਿਆ ਹੈ ਔਨਲਾਈਨ ਪੇਮੈਂਟ ਰਜਿਸਟ੍ਰੇਸ਼ਨ ਫੋਰਮ। ਸੋ ਇੱਥੇ ਦੁਬਾਰਾ ਤੁਹਾਨੂੰ ਭਰਨਾ ਪੈਣਾ ਹੈਗਾ ਆਪਣਾ ਨੋਮੇ ਕੋਨਿਓਮੇ, ਯੂਜ਼ਰ ਆਈ ਡੀ, ਕੋਈ ਵੀ ਤੁਸੀਂ ਨਾਮ ਜਿਹਦੇ ਨਾਲ ਲੌਗਇਨ ਕਰਨਾ ਚਾਹੁੰਦੇ ਹਾਂ, ਕੋਦੀ 'ਚ ਫਿਸਕਾਲੇ, ਈਮੇਲ ਈਮੇਲ 'ਤੇ ਧਿਆਨ ਰੱਖਿਓ ਕਿ ਈਮੇਲ ਸਹੀ ਹੋਣੀ ਚਾਹੀਦੀ ਹੈ। ਇੱਥੇ ਵੀ ਤੁਸੀਂ ਆਪਣੀ ਲੈਂਗੁਏਜ ਚੂਜ਼ ਕਰ ਸਕਦੇ ਹੈਗੇ ਆ। ਉਸ ਤੋਂ ਬਾਅਦ ਆ ਚੈੱਕ ਤੋਂ, ਸੋ ਇੱਥੇ ਤੁਸੀਂ ਦੇਖ ਰਹੇ ਹੈਗੇ ਕਿ ਅਸੀਂ ਇਹ ਫੋਰਮ ਫਿਲ ਕੀਤਾ, ਇਹਦੇ ਉੱਪਰ ਨਾਮ ਅਸੀਂ ਲਿਖਿਆ ਮਾਰੀਓ ਬਿਆਂਕੀ, ਯੂਜ਼ਰ ਆਈ ਡੀ ਅਸੀਂ ਭਰਿਆ ਬਿਆਂਕੀ ਮਾਰੀਓ, ਉਹਦਾ ਕੋਦੀ 'ਚ ਫਿਸਕਾਲੇ, ਈਮੇਲ ਆਈ ਡੀ, ਅਸੀਂ ਲੈਂਗੁਏਜ ਚੂਜ਼ ਕੀਤੀ ਹੈ ਪੰਜਾਬੀ, ਔਰ ਫਿਰ ਅਸੀਂ ਕਰ ਦਿੱਤਾ ਆ ਚੈੱਕ ਤੋਂ ਔਰ ਰਜਿਸਟਰਾ ਦੀ। ਇਸ ਫੋਰਮ ਫਿਲਨ ਕਰਨ ਤੋਂ ਬਾਅਦ ਤੁਹਾਡੀ ਈਮੇਲ ਦੇ ਵਿੱਚ ਇੱਕ ਟੈਂਪਰਰੀ ਕੋਡ ਆਉਂਦਾ, ਇੱਕ ਟੈਂਪਰਰੀ ਪਾਸਵਰਡ ਆਉਂਦਾ ਹੈ। ਸੋ ਜਦੋਂ ਤੁਸੀਂ ਰਜਿਸਟਰਾ 'ਤੇ ਕਲਿੱਕ ਕਰ ਦਿੰਦੇ ਹੈਗੇ ਆ, ਉਸ ਤੋਂ ਬਾਅਦ ਆਹ ਪੇਜ ਸ਼ੋ ਹੋ ਜਾਂਦਾ ਹੈ, ਜਿਹਦੇ ਉੱਪਰ ਸਾਰੇ ਹੀ ਡੀਟੇਲਸ ਲਿਖੇ ਹੋਏ ਆ ਕਿ ਐਂਟਰੀ ਕਰਨ ਵਾਸਤੇ ਤੁਹਾਨੂੰ ਜਿਹੜਾ ਫੋਰਮ ਹੈ ਰਜਿਸਟਰਾ 'ਤੇ ਉਹਨੇ ਦਾ ਉਹ ਭਰਨਾ ਪੈਣਾ ਹੈ। ਉਸ ਤੋਂ ਬਾਅਦ ਸੁਚੇਸੀਵਾਮੇਂ 'ਤੇ ਵੀ ਆ ਈਮੇਲ ਰੀਚੇ ਵੀਲਾ ਤੂੰ ਆ ਪਾਸਵਰਡ, ਔਰ ਇਹ ਪਾਸਵਰਡ ਲਗਾ ਕੇ ਤੁਸੀਂ ਪ੍ਰੋਚੇਦਰੇ ਕਰ ਸਕਦੇ ਹੈਗੇ ਆ, ਕੰਟੀਨਿਊ ਕਰ ਸਕਦੇ ਹੈਗੇ ਪਾਗਾਮੈਂਟੋ ਦਾ, ਪੇਪਾਲ ਦੇ ਨਾਲ ਜਾਂ ਪੋਸਟ ਪੇ ਕਾਰਡ ਦੇ ਨਾਲ ਜਾਂ ਮਾਸਟਰ ਕਾਰਡ ਦੇ ਨਾਲ ਜਾਂ ਵੀਜ਼ਾ ਕਾਰਡ ਦੇ ਨਾਲ। ਸੋ ਜਦੋਂ ਤੁਸੀਂ ਇਹ ਪਾਸਵਰਡ ਲਾ ਲੂੰਗੇ, ਇਹਦੇ ਉੱਪਰ ਤੁਸੀਂ ਪੇਜ ਦੇ ਬਿਲਕੁਲ ਥੱਲੇ ਜਾ ਕੇ ਲਿਖਿਆ ਦਾ ਪਲੀਜ਼ ਇਨਸਰਟ ਯੋਰ ਕੋਡ ਸੈਂਡ ਟੂ ਈਮੇਲ। ਸੋ ਇਸ ਕੇਸ ਦੇ ਵਿੱਚ ਸਾਡਾ ਕੋਡ ਇੱਥੇ ਲਿਖਿਆ ਸੀਗਾ, ਠੀਕ ਹੈ, ਸਾਡੀ ਈਮੇਲ 'ਤੇ ਆਹ ਪਾਸਵਰਡ ਆਇਆ ਸੀਗਾ, ਅਤੇ ਅਸੀਂ ਇਸ ਦੇ ਉੱਪਰ ਹੁਣ ਲਿਖ ਦੇਣਾ ਹੈ। ਸੋ ਕੋਡ ਲਿਖ ਦਿੱਤਾ X3Y0MA, ਇਹ ਹੈਗਾ ਹੈ ਤੁਹਾਡਾ ਸਾਡਾ ਕੋਡ ਔਰ ਪਾਸਵਰਡ ਵੀ, ਜਿਹਦੇ ਨਾਲ ਅਸੀਂ ਦੁਬਾਰਾ ਤੋਂ ਲੌਗਇਨ ਕਰਨਾ ਹੈਗਾ ਹੈ। ਇਹ ਕੋਡ ਲਿਖਣ ਤੋਂ ਬਾਅਦ ਕੋਈ ਤੀਨਵਾਂ 'ਤੇ ਕਲਿੱਕ ਕਰਾਂਗੇ ਔਰ ਉਸ ਤੋਂ ਬਾਅਦ ਆ ਜਾਏਗਾ ਸਾਡਾ ਟੋਟਲ ਅਮਾਊਂਟ ਪੇ ਕਰਨ ਵਾਸਤੇ। ਸੋ ਇਸ ਕੇਸ ਦੇ ਵਿੱਚ ਅਮਾਊਂਟ ਸਾਡਾ ਹੈਗਾ 52 €0.56,
ਸੋ ਸਾਡੀ ਫੀਸ 50 €, ਪਰ ਜਿੱਦਾਂ ਕਿ ਤੁਸੀਂ ਵਾਸਤੇ ਪਈ ਦਾ ਵੀ ਜਦੋਂ ਰਿਕਾਰੀਕਾ ਕਰਾਉਂਦੇ ਹੈਗੇ 1 € ਲੱਗਦਾ ਹੈਗਾ, ਇਸ ਤਰ੍ਹਾਂ ਹੀ ਸੇਮ ਜਦੋਂ ਔਨਲਾਈਨ ਪੇਮੈਂਟ ਕਰਦੇ ਹੈਗੇ ਉਸਦੇ ਚਾਰਜਸ ਵੀ ਅਪਲਾਈ ਕੀਤੇ ਜਾਂਦੇ ਆ। ਸੋ ਇਸ ਦੀ ਟੋਟਲ ਫੀਸ 52 €05 ਹੈ, ਅਤੇ ਇਹਦੇ ਉੱਪਰ ਤੁਸੀਂ ਹੁਣ ਕੀ ਕਰੋਗੇ, ਕਲਿੱਕ ਕਰੇ ਪਾਗਾ ਅਦੈਸੋ। ਸੋ ਪਾਗਾ ਅਦੈਸੋ 'ਤੇ ਕਲਿੱਕ ਕਰਕੇ ਫਿਰ ਆ ਸਕਿਰਮਾਤਾ ਸ਼ੋ ਹੋ ਜਾਂਦਾ ਹੈ। ਸੋ ਸਕਿਰਮਾਤਾ ਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਲਿਖਣਾ। ਜੇ ਤਾਂ ਤੁਹਾਡੇ ਕੋਲ ਪੈਪਾਲ ਦਾ ਅਕਾਊਂਟ ਹੈਗਾ, ਫਿਰ ਤਾਂ ਤੁਸੀਂ ਇੱਥੇ ਆਪਣਾ ਈਮੇਲ ਔਰ ਉਹਦਾ ਪਾਸਵਰਡ 'ਚ ਕਰਕੇ ਐਂਟਰ ਕਰ ਸਕਦੇ ਹਾਂ। ਜੇ ਤੁਹਾਡੇ ਕੋਲ ਪੈਪਾਲ ਅਕਾਊਂਟ ਨਹੀਂ ਹੈਗਾ, ਫਿਰ ਤੁਸੀਂ ਪਾਗਾ ਕੋਮ ਕਰਤਾ। ਓਕੇ, ਸੋ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਪੈਪਾਲ ਦਾ ਅਕਾਊਂਟ ਹੋਵੇ, ਜੇ ਹੈਗਾ ਤਾਂ ਤੁਸੀਂ ਪੈਪਾਲ ਨਾਲ ਕਰ ਸਕਦੇ ਹੋ, ਜੇ ਨਹੀਂ ਹੈ ਤੇ ਤੁਸੀਂ ਕਾਰਤੇ ਦੇ ਨਾਲ ਕਰ ਸਕਦੇ। ਕੋਈ ਵੀ ਕਾਰਤਾ, ਪੋਸਟੇ ਪੇ ਦਾ, ਮਾਸਟਰ ਕਾਰਡ ਦਾ, ਵੀਜ਼ਾ ਕਾਰਡ ਦਾ, ਸਾਰੇ ਹੀ ਕਾਰਡ ਇਹਦੇ ਉੱਪਰ ਐਕਸੈਪਟ ਕੀਤੇ ਜਾਂਦੇ ਆ। ਸੋ ਇੱਥੇ ਧਿਆਨ ਦੇਣਾ ਕਿ ਕਾਰਤੇ ਦੇ ਨਾਲ ਬਿਨਾਂ ਪੇਪਾਲ ਅਕਾਊਂਟ ਤੋਂ ਤੁਸੀਂ ਪੇ ਕਰ ਸਕਦੇ ਆ। ਜਦੋਂ ਤੁਸੀਂ ਪਾਗਾ ਕੁੰਮ ਕਰਤਾ, ਇਹਦੇ ਉੱਪਰ ਸਾਰਾ ਹੀ ਸਾਡਾ ਸਕਰੀਨ ਤੇ ਸ਼ੋ ਹੋ ਜਾਏਗਾ, ਕਿਹੜੀ ਕੰਟਰੀ ਹੈ, ਕਿਸ ਤਰ੍ਹਾਂ ਦਾ ਕਾਰਤਾ ਹੈ, ਨੂਮੇਰੋ ਦੀ ਕਾਰਤਾ, ਫੇ ਸਕਦੈਂਸਾ ਸੀਵੀਸੀ ਕੋਡ ਕਿਹਦੇ ਨਾਮ ਤੇ ਹੈ, ਔਰ ਇਨ ਦੀ ਰੀਤ ਉਹਦੀ ਫੋਟੋ ਰੱਖਦੇ ਹੋ ਨੇ, ਤੁਹਾਡਾ ਐਡਰੈਸ, ਫਿਰ ਬਾਅਦ ਦੇ ਵਿੱਚ ਦੀ ਈਮੇਲ ਜਿਹੜੀ ਕਿ ਕੰਪਲਸਰੀ ਹੈ, ਔਰ ਫਿਰ ਬਾਅਦ ਦੇ ਵਿੱਚ ਦੀ ਪਾਗਾ ਅਦੈਸੋ, ਇੱਥੇ ਤੁਸੀਂ ਐਕਸੈਪਟ ਕਰਨਾ ਹੈ, ਔਰ ਫਿਰ ਬਾਅਦ ਦੇ ਵਿੱਚ ਦੀ ਪਾਗਾ ਅਦੈਸੋ, ਔਰ ਇਸ ਤਰ੍ਹਾਂ ਪੇਮੈਂਟ ਹੋ ਜਾਏਗੀ। ਪੇਮੈਂਟ ਹੋਣ ਤੋਂ ਬਾਅਦ ਕੀ ਹੁੰਦਾ ਹੈ ਕਿ ਤੁਹਾਡੀ ਪੈਪਾਲ ਦੀ ਰਸੀਦ ਆ ਜਾਂਦੀ ਹੈ, ਸਾਡਾ ਫਤੂਰਾ ਆ ਜਾਂਦਾ ਹੈ। ਸੋ ਆ ਜਿੱਦਾਂ ਤੁਸੀਂ ਸਾਡੀ ਸਕਰੀਨਸ਼ਾਟ ਵੇਖ ਰਹੇ ਹੋ ਕਿ ਸਾਡੀ ਈਮੇਲ ਦੀ, ਸੋ ਇਹਦੇ ਉੱਪਰ ਸਾਡਾ ਫਤੂਰਾ ਆ ਗਿਆ ਪਾਗਾਮੈਂਟੋ ਦਾ, ਔਰ ਥੱਲੇ ਹੀ ਆ ਜਾਂਦਾ ਹੈ ਮਲਟੀਕੁਇਜ਼ ਦੀ ਈਮੇਲ, ਜਿਹਦੇ ਉੱਪਰ ਲਿਖਿਆ ਹੈਗਾ ਹੈ ਤੁਹਾਡਾ ਪਾਸਵਰਡ ਔਰ ਯੂਜ਼ਰ ਆਈਡੀ। ਸੋ ਇਹਦੇ 'ਤੇ ਤੁਸੀਂ ਕਲਿੱਕ ਕਰਕੇ ਜਦੋਂ ਖੋਲੂਗੇ, ਤੁਹਾਡਾ ਪਾਸਵਰਡ ਯੂਜ਼ਰ ਆਈਡੀ ਇਸਦੇ ਵਿੱਚ ਲਿਖਿਆ ਹੋਊਗਾ, ਔਰ ਤੁਸੀਂ ਲੌਗਇਨ ਕਰ ਸਕਦੇ ਹੋ ਸਾਡੀ ਵੈਬਸਾਈਟ 'ਤੇ www.multiquiz.com। ਆਪਣਾ ਜਿੱਥੇ ਲੌਗਇਨ ਲਿਖਿਆ ਆਉਂਦਾ ਹੈਗਾ, ਉੱਥੇ ਤੁਸੀਂ ਆਪਣਾ ਯੂਜ਼ਰ ਆਈਡੀ ਔਰ ਪਾਸਵਰਡ ਲਾ ਕੇ ਆਪਣੇ ਸਕੇ ਦੇ ਕਰਨੇ ਸਟਾਰਟ ਕਰ ਸਕਦੇ ਹੈਗੇ ਆ। ਸੋ ਇਹ ਇੱਕ ਨਿਊ ਫੈਸਿਲਿਟੀ ਅਸੀਂ ਐਡ ਕੀਤੀ ਹੈ, ਜਿਨ੍ਹਾਂ ਦੇ ਕੋਲ ਟਾਈਮ ਨਹੀਂ ਹੈਗਾ ਪੋਸਟ ਆਫਿਸ ਜਾਣ ਵਾਸਤੇ, ਸੋ ਬਾਉਂਡਡ ਹੋ ਜਾਂਦੇ ਆ ਕਿ ਉਹ ਪੋਸਟ 'ਤੇ ਜਾਣ ਵਾਸਤੇ ਛੁੱਟੀ ਕਰਨੀ ਪੈਂਦੀ ਹੈ। ਸੋ ਇੱਥੇ ਕੀ ਹੈ, ਤੁਸੀਂ ਆਪਣੇ ਘਰ ਤੋਂ ਹੀ ਆਪਣੇ ਕਿਸੇ ਵੀ ਟਾਈਮ ਇਸ ਦੀ ਪੇਮੈਂਟ ਕਰ ਸਕਦੇ ਹੈਗੇ ਔਰ ਆਪਣੇ ਸਕੇ ਦੇ ਸਟਾਰਟ ਕਰ ਸਕਦੇ ਹਾਂ। ਅਤੇ ਇਸ ਤਰ੍ਹਾਂ ਬਾਕੀ ਵੈਬਸਾਈਟ 'ਤੇ ਵੀ ਆਲਰੇਡੀ ਪੋਸੀਬਲ ਹੈ, ਜਿਹੜਾ ਸਾਡਾ ਵੀਡੀਓ ਲੈਸਨ ਵਾਲਾ ਕੋਰਸ ਹੈ ਉਸ 'ਤੇ ਵੀ ਤੁਸੀਂ ਕਰ ਸਕਦੇ ਹੈਗੇ ਆ। ਸਿਰਫ ਜਿਹੜਾ ਇਕੱਠੀ ਕੋਰਸ ਹੈ 185 € ਦੀ ਫੀਸ, ਉਹ ਅਸੀਂ ਇਕੱਠੀ ਨਹੀਂ ਲੈਂਦੇ ਹੈਗੇ, ਔਰ ਉਸਦੀ ਫੀਸ ਪੋਸਟ ਪੇ ਕਾਰਡ 'ਤੇ ਹੀ ਹੁੰਦੀ ਹੈ, ਬੋਨੀਫਿਕੋ ਰਾਹੀਂ ਹੁੰਦੀ ਹੈ, ਕਿਉਂਕਿ ਦੋਨੋਂ ਸਰਵਿਸ ਅਲੱਗ ਨੇ ਅਤੇ ਉਸਦੀ ਐਕਟੀਵੇਸ਼ਨ ਅਸੀਂ ਖੁਦ ਕਰਦੇ ਹੈਗੇ ਮੈਨੂਅਲੀ। ਬਾਕੀ ਸਾਰਾ ਪ੍ਰੋਸੈਸ ਅਸੀਂ ਔਨਲਾਈਨ ਕਰ ਦਿੱਤਾ ਹੈਗਾ, ਸੋ ਤੁਸੀਂ ਜਾ ਕੇ ਦੇਖ ਸਕਦੇ ਹੈਗੇ, ਔਰ ਜੇ ਤੁਸੀਂ ਪੇ ਕਰਨਾ ਚਾਹੁੰਦੇ ਆ ਤੁਸੀਂ ਵੈਰੀਫਾਈ ਕਰ ਸਕਦੇ। ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤੁਸੀਂ ਸਾਨੂੰ ਈਮੇਲ 'ਤੇ ਕੰਟੈਕਟ ਕਰ ਸਕਦੇ ਹੈਗੇ ਆ, ਅਦਰਵਾਈਜ਼ ਜਿਹੜੇ ਫੋਨ ਨੰਬਰ ਲਿਖੇ ਹੋਏ ਉਹਨਾਂ ਦੇ ਉੱਪਰ ਤੁਸੀਂ ਉਹਨਾਂ ਟਾਈਮਿੰਗਸ ਦੇ ਵਿੱਚ ਕਾਲ ਕਰ ਸਕਦੇ ਆ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਹੈ, ਅਸੀਂ ਆਪਣੀਆਂ ਕ੍ਰਿਮੋਨਾ ਦੀਆਂ ਕਲਾਸਿਸ ਆਲਮੋਸਟ ਸਟਾਰਟ ਕਰਨ ਵਾਲੇ ਹਾਂ, ਸੋ ਜੇ ਤੁਸੀਂ ਵੀ ਇੰਟਰਸਟਿਡ ਹੋ ਤੁਸੀਂ ਸਾਡੀ ਕਲਾਸ ਜੁਆਇਨ ਕਰ ਸਕਦੇ ਹੈਗੇ, ਔਰ ਇਸਦਾ ਫੋਰਮ ਵੀ ਫੇਸਬੁੱਕ 'ਤੇ ਔਰ ਸਾਡੇ ਯੂਟਿਊਬ ਚੈਨਲ 'ਤੇ ਪਾਇਆ ਹੋਇਆ, ਉਹ ਫੋਰਮ ਤੁਸੀਂ ਫਿਲ ਕਰਕੇ ਆਪਣੀ ਟਾਈਮ ਪ੍ਰੈਫਰੈਂਸ ਦੱਸ ਸਕਦੇ ਹੋ ਕਿ ਅਸੀਂ ਇਸ ਗਰੁੱਪ ਨੂੰ ਜੁਆਇਨ ਕਰਨਾ ਚਾਹੁੰਦੇ ਹਾਂ। ਵੱਧ ਤੋਂ ਵੱਧ ਹਰ ਗਰੁੱਪ ਦੇ ਵਿੱਚ ਸਾਡੇ ਕੋਲ ਸੀਟ ਹੈਗੀ ਹੈ 8 ਸਟੂਡੈਂਟਸ ਦੀ, ਜਿਨ੍ਹਾਂ ਦੇ ਵਿੱਚੋਂ ਕੁਝ ਫਿਲ ਹੋ ਗਈਆਂ ਨੇ, ਸੋ ਜੇ ਤੁਸੀਂ ਵੀ ਫਿਲ ਕਰਨਾ ਚਾਹੁੰਦੇ ਹਾਂ, ਰਜਿਸਟਰ ਕਰਨਾ ਚਾਹੁੰਦੇ ਹਾਂ, ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਜਲਦੀ ਤੋਂ ਜਲਦੀ ਕਾਲ ਕਰਕੇ ਇਨਫੋਰਮੇਸ਼ਨ ਲੈ ਲਓ, ਜਾਂ ਤੁਸੀਂ ਫੋਰਮ ਨੂੰ ਜਾ ਕੇ ਦੇਖ ਸਕਦੇ ਹੋ ਔਰ ਉਸ ਨੂੰ ਫਿਲ ਕਰ ਸਕਦੇ ਹਾਂ। ਸੋ ਥੈਂਕ ਯੂ ਤੁਹਾਡੇ ਸਾਰਿਆਂ ਦਾ, ਅਸੀਂ ਫਿਰ ਆਵਾਂਗੇ ਇੱਕ ਔਰ ਵੀਡੀਓ ਲੈ ਕੇ। ਸਤਿ ਸ਼੍ਰੀ ਅਕਾਲ ਜੀ।